ਕਣਕਾਂ ਦੀ ਬਜਾਈ ਦਾ ਟਾਈਮ ਜਿਵੇਂ ਜਿਵੇਂ ਨੇੜੇ ਆਉਂਦਾ ਹੈ ਕਿਸਾਨ ਵੀ ਰੋਵੇਂ ਆਵੇਂ ਕਣਕ ਦੀਆਂ ਵੈਰੈਟੀਆਂ ਦੇ ਬੀ ਖਰੀਦਣ ਦੇ ਲਈ ਬਾਜ਼ਾਰ ਵੱਲ ਨੂੰ ਦੌੜ ਲਗਾ ਰਹੇ ਐ ਇਸ ਸਾਲ ਦੀ ਜਿਹੜੀ ਦੌੜ ਹੈ ਇਹ PBW826 ਤੇ DW327 ਦੋ ਕਿਸਮਾਂ ਦੇ ਲਈ ਦੌੜ ਲੱਗੀ ਹੋਈ ਹੈ ਪਰੰਤੂ ਫੇਰ ਇੱਕ ਕੁਸਰਮੁਸਰ ਹੋਣ ਲੱਗਦੀ ਹੈ ਆਪ ਚਰਚਾ ਹੋਣ ਲੱਗ ਪੈਂਦੀ ਹੈ ਯਾਰ ਪਿਛਲੇ ਸਾਲ 303 ਲਈ ਲੈਣਾ ਲੱਗੀਆਂ ਸੀ 187 ਲਈ ਲੈਣਾ ਲੱਗੀਆਂ ਸੀ 222 ਲਈ ਲੱਗੀਆਂ ਸੀ ਕੀ ਉਹ ਵੈਰੈਟੀਆਂ ਫੇਲ ਹੋ ਗਈਆਂ ਫੇਰ ਨਵੀਆਂ ਵੈਰਾਈਟੀਆਂ ਦੇ ਪਾਸੇ ਅਸੀਂ ਕਾਹ ਤੋਂ ਭਾਈ ਦੇ ਪਈਆਂ ਤੇ ਜੇ ਵੈਰਾਈਟੀਆਂ ਇੰਨੀਆਂ ਚੰਗੀਆਂ ਐ ਤਾਂ ਹਰ ਸਾਲ ਨਵੀਆਂ ਵੈਰਾਈਟੀਆਂ ਆਈ ਕਾਹ ਤੋਂ ਜਾਂਦੀਆਂ ਹੁਣ ਕੀ ਅਗਲੇ ਸਾਲ ਹੋਰ ਵੈਰਾਈਟੀਆਂ ਵੀ ਆਉਣਗੀਆਂ ਜਿੱਥੇ ਤੁਸੀਂ ਅੱਜ ਇੱਕ 24 ਕੁਇੰਟਲ 25 ਕੁਇੰਟਲ ਉਸ ਝਾੜ ਵਾਲੀ ਕਿਸਮ ਨੂੰ ਵਧੀਆ ਮੰਨ ਰਹੇ ਹੋ ਉੱਥੇ ਤੁਹਾਨੂੰ ਪਤਾ ਆਪਣੇ ਕੋਲ 30 ਕੁਇੰਟਲ ਵਾਲੀ ਝਾੜ ਵੀ ਪਈ ਹੈ ਪਾਲੀ ਵੈਰਾਈਟੀ ਵੀ ਪਈ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਪਰ ਇਹ ਮਤਲਬ ਨਹੀਂ ਅਸੀਂ ਜਦੋਂ ਦੌੜ ਲਾ ਦੇਣੀ ਹੈ ਤਾਂ ਇਸ ਮਸਲੇ ਨੂੰ ਪਹਿਲਾਂ ਆਪਾਂ ਸਮਝੀਏ ਕਿ ਕਿਸਮਾਂ ਆ ਕਿਉਂ ਰਹੀਆਂ ਤੇ ਕੀ ਪ੍ਰਾਣੀਆਂ ਫੇਲ ਹੋ ਗਈਆਂ ਜਾਂ ਕਿਹੜੀਆਂ ਉਹ ਕਿਸਮਾਂ ਜਿਨ੍ਹਾਂ ਨੂੰ ਅਸੀਂ ਲਾ ਸਕਦੇ ਹਾਂ ਬਾਅਦ ਝੜਕ ਲੈ ਸਕਦੇ ਹਾਂ ਮੈਂ ਹ ਕੁਲਦੀਪ ਸਿੰਘ ਸ਼ੇਰਗਮਰਖਾ ਫਤਈ ਸਾਂ ਪਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਇਸਾਂ ਦੋਸਤੋ ਕਈ ਸਾਰੇ ਪੁਆਇੰਟ ਹੈ ਇੱਕ ਇੱਕ ਨੂੰ ਸਮਝਣਾ ਪਏਗਾ ਪਹਿਲੀ ਗੱਲ ਕਿ ਜਿਹੜੀਆਂ ਸਾਡੇ ਕੋਲੇ ਪ੍ਰਾਣੀਆਂ ਕਿਸਮਾਂ ਸੀ ਨਾ ਜਿਵੇਂ ਕੋਈ 3086 ਸੀ 1105 ਸੀ 29 ਸਟਾਰ ਸੀ ਉਹਨਾਂ 343 ਸੀ ਤਾਂ ਇਹ ਜਿਹੜੀਆਂ ਕਿਸਮਾਂ ਸੀਆਂ ਇਹ ਕਿਸਮਾਂ ਤੇ ਜਿਹੜਾ ਅੱਜ ਦਾ ਹਸਾਬ ਤਾ ਵਾ ਇਹਦੇ ਵਿੱਚ ਉਸ ਤਰੀਕੇ ਨਾਲ ਨਹੀਂ ਛਾੜ ਦੇ ਰਹੀਆਂ ਕਾਰਨ ਕੀ ਹੋਇਆ ਇੱਕ ਤਾਂ ਗਰਮੀ ਲੰਮੀ ਹੋਣੀ ਸ਼ੁਰੂ ਹੋ ਗਈ ਕਿ ਕਣਕ ਦੀ ਬਿਜਾਈ ਤੱਕ ਵੀ ਤਾਪ ਨੂੰ ਉੱਚਾ ਰਹਿੰਦਾ ਹੈ ਜਿਸ ਦੇ ਕਰਕੇ ਕਣਕਾਂ ਨਾਲ ਹੀ ਝੜ ਜਾਂਦੀਆਂ ਉਧਰਲੇ ਪਾਸੇ ਕੀ ਹੈ ਕਿ ਜਦੋਂ ਮਾਰਚ ਮਹੀਨੇ ਦੇ ਵਿੱਚ ਗੇਤੀ ਗਰਮੀ ਆ ਜਾਂਦੀ ਹੈ ਜਿਹਦੇ ਕਰਕੇ ਦਾਣੇ ਪਿੱਚ ਕੇ ਹੁੰਦੇ ਆ ਇਸ ਕਰਕੇ ਵਿਗਿਆਨਕਾਂ ਦਾ ਪੂਰਾ ਜੋਰ ਇਸ ਚੀਜ਼ ਤੇ ਲੱਗਿਆ ਹੋਇਆ ਹੈ ਕਿ ਜਿਵੇਂ-ਜਿਵੇਂ ਮੌਸਮ ਬਦਲਦਾ ਹੈ ਉਸ ਮੌਸਮ ਦਾ ਟੱਕਰਾ ਕਰਨ ਵਾਲੀਆਂ ਇੱਕ ਤੋਂ ਵੱਧ ਕਾਮਯਾਬ ਦੂਜੀਆਂ ਕਿਸਮਾਂ ਲਿਆਂਦੀਆਂ ਜਾਂਨ ਤੇ ਇਸੇ ਲੜੀ ਦੇ ਵਿੱਚ ਨਵੀਆਂ-ਨਵੀਆਂ ਕਿਸਮਾਂ ਆ ਰਹੀਆਂ ਤੇ ਸਾਡਾ ਜਿਹੜਾ ਇਸ ਸਾਲ ਦਾ ਮਕਸਦ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੀਆਂ 60% ਏਰੀਆ ਦੇ ਵਿੱਚ ਕਣਕ ਦੀਆਂ ਉਹ ਕਿਸਮਾਂ ਲੱਗਣ ਜਿਹੜੀਆਂ ਕਿਸਮਾਂ ਦੇ ਉੱਪਰ ਮੌਸਮ ਦੀ ਗਰਮੀ ਦਾ ਹੋਰ ਚੀਜ਼ਾਂ ਦਾ ਪ੍ਰਭਾਵ ਨਹੀਂ ਪੈਂਦਾ ਇੱਕਲ ਦੂਸਰੀ ਗੱਲ ਦੂਸਰਾ ਸਾਡਾ ਇੱਕ ਰਾਜਨੀਤਿਕ ਮਕਸਦ ਹੈ ਅਸੀਂ ਪੂਰੀ ਦੁਨੀਆ ਦੇ ਵਿੱਚ ਭਾਰਤ ਨੂੰ ਜਿਹੜਾ ਹੈਗਾ ਫੂਡ ਬਾਉਲ ਜਾਂ ਗ੍ਰੇਨ ਬਾਉਲ ਦੇ ਤੌਰ ਤੇ ਪੇਸ਼ ਕਰਨਾ ਚਾਹ ਰਹੇ ਹਾਂ ਚਾਹ ਕੀ ਰਹੀ ਹੈ ਅਸੀਂ ਪਾਲਿਸੀ ਚੇਂਜ ਕਰਤੀ ਆਪਦੀ ਅਸੀਂ ਹੁਣ ਆਪਣੀ ਪਾਲਿਸੀ ਇਹ ਬਣਾਈ ਹੈਗੀ ਹੈ ਕਿ ਅਸੀਂ ਜਿਹੜਾ ਹੈਗਾ ਗ੍ਰੇਨ ਡਿਪਲੋਮੇਸੀ ਫੂਡ ਡਿਪਲੋਮੇਸੀ ਕਰ ਰਹੇ ਹਾਂ ਅਸੀਂ ਉਹ ਦੇਸ਼ ਜਿਹੜੇ ਦੇਸ਼ਾਂ ਨੂੰ ਇੱਕ ਦੂਸਰੇ ਅਨਾਜ ਨਹੀਂ ਦੇ ਰਹੇ ਸੀ ਜਿੱਥੇ ਅਨਾਜ ਦੀ ਘਾਟ ਸੀਗੀ ਹੁਣ ਅਸੀਂ ਉਹਨਾਂ ਦੇਸ਼ਾਂ ਤੱਕ ਆਪਣਾ ਨਾਜ ਪਹੁੰਚਾ ਰਹੇ ਹਾਂ ਕਿਉਂਕਿ ਅਸੀਂ ਆਪਣੀ ਜ਼ਰੂਰਤ ਤੋਂ ਵੱਧ ਕਣਕ ਪਿਛਲੇ ਸਾਲ ਹੀ ਪੈਦਾ ਕਰ ਚੁੱਕੇ ਹਾਂ ਅਸੀਂ ਆਪਣੀ ਜ਼ਰੂਰਤ ਤੋਂ ਵੱਧ ਕਣਕ ਆਲਰੇਡੀ ਪੈਦਾ ਕਰ ਰਹੇ ਹਾਂ ਪਰੰਤੂ ਹੁਣ ਅਸੀਂ ਪੂਰੀ ਦੁਨੀਆ ਦੇ ਵਿੱਚ ਇੱਕ ਐਸ ਤਰੀਕੇ ਨਾਲ ਸਟੈਬਲਿਸ਼ ਹੋਣ ਜਾ ਰਹੇ ਹਾਂ ਕਿ ਪੂਰੀ ਦੁਨੀਆ ਦੇ ਵਿੱਚ ਕਿਸੇ ਨੂੰ ਵੀ ਅਨਾਜ ਦੀ ਲੋੜ ਹੋਵੇ ਭਾਰਤ ਵਾਲੇ ਪਾਸੇ ਦੇਖੇ ਤਾਂ ਇਹ ਇੱਕ ਭਾਰਤੀ ਦੀ ਇੱਕ ਡਿਪਲੋਮੇਸੀ ਹੈ ਜਿਹਦੇ ਵਿੱਚ ਭਾਰਤੇ ਚਾਹੁੰਦਾ ਹੈ ਹੁਣ ਪਹਿਲਾਂ ਕਿਤੇ ਸਾਡੇ ਹੁੰਦਾ ਸੀਗਾ ਕਿ ਸਾਡੇ ਕਣਕਾਂ ਦੇ ਭਰੇ ਗੋਦਾਮ ਗਲੀ ਜਾਂਦੇ ਐ ਤੇ ਕਣਕਾਂ ਕੋਈ ਚੱਕਦਾ ਨਹੀਂ ਸੀ ਲੇਕਿਨ ਹੁਣ ਨਹੀਂ ਹੁਣ ਅਸੀਂ ਜਿਹੜਾ ਹੈਗਾ ਇੱਕ ਤਰੀਕੇ ਦੀ ਦੁਨੀਆ ਦੇ ਵਿੱਚ ਇੱਕ ਡਿਪਲੋਮੇਸੀ ਕਰ ਰਹੇ ਹਾਂ ਕਿ ਜਿਸ ਨੂੰ ਨਾਜ ਨਹੀਂ ਮਿਲਦਾ ਉਹਨੂੰ ਭਾਰਤ ਦੇਵੇਗਾ ਤਾਂ ਇਹਦੇ ਕਰਕੇ ਅਸੀਂ ਝਾੜ ਵਧਾਉਣਾ ਚਾਹੁੰਨੇ ਹਾਂ ਇੱਥੇ ਆ ਲਈ ਜਾਣਾ ਚਾਹੁੰਨੇ ਹਾਂ ਇਹਦੇ ਬਾਰੇ ਵੀ ਗੱਲ ਕਰਦਾ ਅਗਲਾ ਕਾਰਨ ਜਿਹੜਾ ਹੈਗਾ ਉਹ ਇਹ ਹੈਗਾ ਕਿ ਸਾਡੇ ਕੋਲ ਜਿਹੜੀਆਂ ਪ੍ਰਾਣੀਆਂ ਕਿਸਮਾਂ ਨੇ ਕਿਸੇ ਨੂੰ ਪੀਲੀ ਕੁੰਗੀ ਪੈਂਦੀ ਐ ਕਿਸੇ ਨੂੰ ਪੂਰੀ ਕੁੰਗੀ ਪੈਂਦੀ ਹੈ ਕਿਸੇ ਨੂੰ ਬਲਾਸਟ ਪੈਂਦਾ ਹੈ ਵੀਟ ਪਲਾਸਟਿਕ ਬਹੁਤ ਵੱਡਾ ਦਾਇੰਤ ਹੈ ਜਿਹੜਾ ਕਿ ਸਾਡੀ ਕਣਕ ਦਾ ਨੁਕਸਾਨ ਕਰ ਸਕਦਾ ਹੈ ਕਿਸੇ ਨੂੰ ਕੋਈ ਰਸ ਚੂਸੇ ਕੀੜੇ ਪੈਂਦੇ ਆ ਕਿਸੇ ਸਮੇਂ ਜਿਹੜਾ ਹੈਗਾ ਕੁਸ਼ ਆ ਜਾਂਦਾ ਹੈ ਕੋਈ ਕਿਸਮ ਪਰਾਲੀ ਦੇ ਵਿੱਚ ਨਹੀਂ ਹੁੰਦੀ ਤਾਂ ਇਹ ਸਾਰੀਆਂ ਜਿਹੜੀਆਂ ਪ੍ਰੋਬਲਮਸੀਆਂ ਇਹਨਾਂ ਦਾ ਟਕਰਾ ਕਰਨ ਵਾਲੀਆਂ ਕਿਸਮਾਂ ਵੀ ਹੋਣ ਅਸੀਂ ਨਵੀਆਂ ਲਿਆ ਰਹੇ 370 371 372 ਜਿਹੜੀਆਂ ਪੀਲੀ ਕੁੰਗੀ ਤੇ ਹੋਰ ਕਈ ਸਾਰੀਆਂ ਬਿਮਾਰੀਆਂ ਦਾ ਟਕਰਾ ਕਰਨ ਦੀ ਜਿਹੜੀ ਹੈਗੀ ਤਾਕਤ ਰੱਖਦੀਆਂ ਤਾਂ ਅਸੀਂ ਉਸ ਪਾਸੇ ਨਹੀਂ ਵਧ ਰਹੇ ਸਭ ਤੋਂ ਵੱਡਾ ਮਕਸਦ ਸਾਡਾ ਹੈਗਾ ਕਿ ਅਸੀਂ ਕਿਸਾਨ ਦਾ ਝਾੜ ਵਧਾਉਣਾ ਹੈ ਤਾਂ ਕਿ ਉਹਨਾਂ ਕਿਸਾਨ ਦੀ ਆਮਦਨ ਵੱਧ ਸਕੇ ਤੇ ਸਾਡਾ ਮਕਸਦ ਹੋਣਾ ਜਿਹੜੀਆਂ ਤਿੰਨ ਚਾਰ ਚੀਜ਼ਾਂ ਸੀ ਹੋਣਸ ਵੀ ਕਿਸ ਕੰਮ ਕਰਦੇ ਪਏ ਐ ਸਾਸੀ ਇੱਕ ਮਕਸਦ ਲੈ ਕੇ ਚੱਲ ਪਏ ਕਿ ਕਿਸਾਨ ਦੀ ਆਮਦਨ ਵਧਾਉਣੀ ਹੈ ਪੂਰੀ ਦੁਨੀਆ ਨੂੰ ਨਾਜ ਬਣਨਾ ਹੈ ਘਟ ਜਰਾ ਨਾਲ ਤਾਂ ਕਿ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਬਿਮਾਰੀਆਂ ਦਾ ਟੱਕਰ ਕਰਨ ਵਾਲੀਆਂ ਕਿਸਮਾਂ ਇਹੋ ਜੀਆਂ ਕਿਸਮਾਂ ਜਿਨ੍ਹਾਂ ਤੇ ਮੌਸਮ ਦਾ ਪ੍ਰਭਾਵ ਨਾ ਪਵੇ ਤੇ ਸਾਡਾ ਔਸਤ ਝਾੜ ਜਿਹੜਾ ਹੈਗਾ ਉਹ 40 ਕੁਇੰਟਲ ਪ੍ਰਤੀ ਕਿੱਲਾ ਮੱਕੀ ਅਸੀਂ ਕਣਕ ਦਾ ਜਿਹੜਾ ਆਸਟ ਝਾੜ ਹੈ ਉਹ 100 ਮਾਣ ਪ੍ਰਤੀ ਕਿੱਲਾ ਤੇ ਲੈ ਕੇ ਜਾਣਾ ਚਾਹੁੰਦੇ ਆ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਸਾਡੇ ਜਿੰਨੇ ਵੀ ਕਣਕ ਦੇ ਕੋਝ ਨਾਲ ਸੰਬੰਧਿਤ ਆਧਾਰੇ ਨੇ ਉਹਨਾਂ ਸਾਰੇ ਧਾਰਿਆਂ ਦੇ ਵਿੱਚ ਲਗਾਤਾਰ ਜਿਹੜਾ ਹੈਗਾ ਇਸੇ ਤੇ ਰਿਸਰਚ ਚੱਲ ਰਹੀ ਹੈ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਇਸ ਸਮੇਂ ਅਸੀਂ ਖਾਣੇ ਦੀ ਕੁਆਲਿਟੀ ਅਸੀਂ ਬਿਸਕਟ ਦੀ ਕੁਆਲਿਟੀ ਅਸੀਂ ਜਿਹੜਾ ਹੈਗਾ ਇੰਡਸਟਰੀਅਲ ਕੋਨ ਅਸੀਂ ਜਿਹੜਾ ਹੈਗਾ ਜਿੰਕ ਪਰ ਜਿਹੜੇ ਪੋਸ਼ਕ ਤੱਤਾਂ ਭਰਪੂਰ ਬਾਇਓ ਫੋਰਟੀਫਾਈਡ ਦੇ ਉੱਪਰ ਕੰਮ ਕਰ ਰਹੇ ਹਾਂ ਤਾਂ ਫਿਰ ਅਸੀਂ ਉਹ ਕਿਸਮਾਂ ਨੂੰ ਲੈ ਕੇ ਜਾਣਾ ਜਿਹੜੀਆਂ ਝਾੜ ਵੀ 100 ਮਣ ਹੋਵੇ ਪੋਸ਼ਕ ਤੱਤ ਵੀ ਜ਼ਿਆਦਾ ਹੋਣ ਤੇ ਸਾਰੇ ਪਸੇ ਟਾਕਰਾ ਵੀ ਕਰਨ ਤਾਂ ਇਹਦੇ ਕਰਕੇ ਜੋਸ਼ ਸ਼ੋਰ ਦੇ ਨਾਲ ਅਲੱਗ-ਅਲੱਗ ਇੰਸਟੀਚਿਊਟ ਦੇ ਵਿੱਚ ਇਹਨਾਂ ਤੇ ਕੰਮ ਹੋ ਰਿਹਾ ਹੈ ਤਾਂ ਹੁਣ ਗੱਲ ਇਹ ਹੋ ਗਈ ਕਿ ਜਦੋਂ ਅਸੀਂ ਟਾਰਗੇਟ ਹੀ ਰੱਖ ਲਿਆ ਅਸੀਂ ਬਹੁਤ ਜਲਦੀ 100 ਮਣ ਦੇ ਟਾਰਗੇਟ ਨੂੰ ਅਚੀਵ ਕਰਾਂਗੇ ਬਹੁਤ ਜਲਦੀ ਉੱਥੇ ਪਹੁੰਚਾਂਗੇ ਤਾਂ ਫਿਰ ਇਹ ਦੇ ਕਰਕੇ ਹੁਣ ਹਰ ਸਾਲ ਨਵੀਆਂ-ਨਵੀਆਂ ਕਿਸਮਾਂ ਆਉਣਗੀਆਂ ਨਵੀਆਂ-ਨਵੀਆਂ ਚੀਜ਼ਾਂ ਆਉਣਗੀਆਂ ਹੁਣ ਇਹਦਾ ਮਤਲਬ ਤੁਸੀਂ ਇਹ ਨਹੀਂ ਕਹਿਣਾ ਕਿ ਜਿਹੜੀ ਪਿਛਲੀ ਕਿਸਮੋ ਫੇਲ ਹੋ ਗਈ ਜੇ ਪਿਛਲੀ ਕਿਸਮ 10 ਨਹੀਂ ਹੈ ਤਾਂ ਨਵੀਂ ਕਿਸਮ 21 ਆਊਗੀ ਜੇ ਨਵੀਂ ਕਿਸਮ 21 ਹੈ ਤਾਂ ਉਸ ਤਰੀਕੇ ਲਈ 22 ਆਊਗੀ 22 ਤੋਂ ਅਗੇ 23 ਆਊਗੀ ਇਸ ਤਰੀਕੇ ਨਾਲ ਜੀਵਨ ਪਹਿਲਾਂ ਮੈਂ ਆਪਣੀ ਈ ਗੱਲ ਕਰਦਾ ਪਹਿਲਾਂ ਪੰਜਾਬ ਮੈਂ ਝਾੜ ਆਉਂਦਾ ਖੁਸ਼ ਹੁੰਦੇ ਸੀ ਫਿਰ 60 ਮਾਣ ਝਾੜ ਨੂੰ ਬੰਦਾ ਕਹਿੰਦਾ ਝਾੜ ਚੰਗਾ ਆ ਗਿਆ ਵੀ 60 ਹੋ ਗਿਆ ਫਿਰ ਪਿਛਲੇ ਸਾਲ ਜਿਹੜਾਗਾ 65 ਮਾਣ ਨੂੰ ਕਹਿੰਦੇ ਹਾਂ ਵੀ ਹੁਣ 65 ਮਾਣ ਝਾੜ ਹੋ ਗਿਆ ਅਗਲੇ ਸਾਲ ਨੂੰ 70 ਮਾਣ ਕਹਿਣਗੇ ਹੌਲੀ 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 ਜਿਹੜਾ ਹੈਗਾ ਕਿਸਮਾਂ ਜਿਹੜਾਗਾ ਇਸ ਤਰੀਕੇ ਦੇ ਨਾਲ ਝਾੜ ਥੋੜੇ ਵੱਧ ਹੀ ਜਾਣੇ ਹਨ ਪਰੰਤੂ ਹੁਣ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਪਿਛਲੀਆਂ ਕਿਸਮਾਂ ਫੇਲ ਹੋ ਗਈਆਂ ਤੇ ਅਸੀਂ ਪਿਛਲੀਆਂ ਕਿਸਮਾਂ ਛੱਡ ਦਈਏ ਤੇ ਨਵੀਆਂ ਕਿਸਮਾਂ ਵਾਲੇ ਪਾਸੇ ਪੈ ਜਾਈਏ ਨਹੀਂ ਇਸ ਤਰ੍ਹਾਂ ਨਹੀਂ ਕਰਨਾ ਇਹ ਇੱਕ ਗਲਤ ਗੱਲ ਹੈ ਇੱਕ ਗਲਤ ਰਿਵਾਜ ਹੈ ਕਿਉਂਕਿ ਅਲੱਗ-ਅਲੱਗ ਕਿਸਮ ਅਲੱਗ-ਅਲ ਨਵੀਆਂ ਕਿਸਮਾਂ ਦਾ ਟਰਾਇਲ ਜ਼ਰੂਰ ਕਰ ਲਓ ਪਰੰਤੂ ਉਹਨਾਂ ਦੇ ਉੱਤੇ ਵੱਡਾ ਜੂਆ ਇੱਕਦਮ ਨਾ ਖੇਡੋ ਕਿਉਂਕਿ ਜਦੋਂ ਇੱਕ ਬਹੁਤ ਸਾਰਾ ਜਿਹੜਾ ਹੈਗਾ ਜਿਹੜਾ ਕਿਸਮਾਂ ਆਉਣੀਆਂ ਤੇ ਉਹਦੇ ਵਿੱਚੋਂ ਕਈ ਸਾਰੀਆਂ ਕਿਸਮੇ ਖੋ ਜੀਆਂ ਵੀ ਆਉਣੀਆਂ ਜਿਹੜੀਆਂ ਤੁਹਾਡੇ ਖੇਤਾਂ 'ਚ ਕਾਮਯਾਬ ਨਹੀਂ ਹੋਣੀਆਂ ਤੇ ਕਈ ਸਾਰੀਆਂ ਕਿਸਮੇ ਖੋ ਜੀਆਂ ਨਹੀਂ ਤੁਹਾਡੇ ਖੇਤਾਂ 'ਚ ਕਾਮਯਾਬ ਨਹੀਂ ਤਾਂ ਇਸ ਕਰਕੇ ਇਹ ਨੋਟ ਕਰੋ ਕਿ ਅਸੀਂ ਸ਼ਿਫਟ ਤਾਂ ਹੋਣਾ ਹੈ ਪਰੰਤੂ ਕਿਵੇਂ ਸ਼ਿਫਟ ਹੋਣਾ ਹੈ ਉਹਦੇ ਲਈ ਵੇਖ ਲਈਏ ਕਿਉਂਕਿ ਪਿਛਲਾ ਸਾਲ ਸੀ ਪਿਛਲਾ ਸਾਲ ਤਾਂ ਸੀਗਾ ਹੀ ਚੰਗਾ ਸਾਰੇ ਕੰਕਰੇ ਛਾੜ ਦਿੱਤਾ ਜਿਹੜੀਆਂ ਆਊਟਡੇਟਡ ਕਿਸਮਾਂ ਨੇ 3086 2967 1105 343 24 ਪ੍ਰਾਣੀਆਂ ਚੱਲਦੀਆਂ ਪਈਆਂ ਉਹਨਾਂ ਨੇ ਛਾੜ ਚੰਗੇ ਦਿੱਤੇ ਪਰੰਤੂ ਜਦੋਂ ਮੌਸਮ ਖਰਾਬ ਹੋਏਗਾ ਜਦੋਂ ਗਰਮੀ ਜ਼ਿਆਦਾ ਪਏਗੀ ਉਸ ਸਮੇਂ ਇਹ ਕਿਸਮਾਂ ਛਾੜ ਨਹੀਂ ਦੇਣਗੀਆਂ ਤਾਂ ਫਿਰ ਅਸੀਂ ਜਿਹੜੀਆਂ ਸਾਡੇ ਕੋਲੇ ਨਵੀਆਂ ਕਿਸਮਾਂ ਨੇ ਜਿਵੇਂ ਕਿ DBW 303 PBW 766 ਜਿਹਨੂੰ ਅਸੀਂ ਸਨੇਹਰੀ ਕਹਿੰਦੇ ਹਾਂ ਟਾਡੀ DBW 187 DBW 222 ਤਾਂ ਇਹ ਜਿਹੜੀਆਂ ਕਿਸਮਾਂ ਨੇ ਇਹਨਾਂ ਨੇ ਪਿਛਲੇ ਸਾਲਾਂ ਤੋਂ ਖੇਤਾਂ 'ਚ ਝਾੜ ਵਧੀਆ ਦਿੱਤਾ ਜਿਹੜੇ ਖੇ ਜਿਹੜੀ ਕਿਸਮ ਸੈੱਟ ਹੈ ਉਸ ਦੇ ਥੱਲੇ ਆਪਣਾ ਰੱਖੋ ਹਿਸਾਬ ਨਾਲ ਰੱਖੋ ਤੇ ਨਵੀਆਂ ਕਿਸਮਾਂ PBW 826 PBW 327 ਇਹਨਾਂ ਥੱਲੇ ਹੌਲੀ 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 ਕਰਕੇ ਟ్రਾਇਲ ਕਰੋ ਤੇ ਅਗਲੇ ਸਾਲਾਂ ਜੋ 370 71 72 ਦੇ ਮਿਲਦੇ ਉਹਨਾਂ ਦਾ ਟ్రਾਇਲ ਕਰੋ ਤਾਂ ਮੇਰੇ ਕਹਿੰਦਾ ਮਤਲਬ ਇਹ ਹੋਗਾ ਕਿ ਸਾਡਾ ਮਕਸਦ ਇੱਕ ਹੋਣਾ ਚਾਹੀਦਾ ਹੈ ਹੁਣ ਪਿਛਲੇ ਸਾਲ ਦਾ ਝਾੜ ਤੋ ਹੀ ਪੁੱਛਦੇ ਹਾਂ ਝਾੜ ਵੱਧ ਝਾੜ ਦੀਆਂ ਕਿਸਮਾਂ ਤਾਂ ਪਿਛਲੇ ਸਾਲ ਦੀ ਤੁਲਨਾ ਨਹੀਂ ਕਰ ਸਕਦੇ ਸਾਲ ਚੰਗਾ ਸੀਗਾ ਇਹਦੇ ਕਰਕੇ ਆਮ ਜਿਹੀ ਸਟੇਟਿੰਟ ਦੇਖੀਏ ਤਾਂ ਸਾਡੀਆਂ ਜਿਹੜੀਆਂ ਪੁਰਾਣੀਆਂ ਕਿਸਮਾਂ ਨੇ 30 86 29 11 5 ਵਗੈਰਾ ਉਹ ਜਿਹੜੀਆਂ ਕਿਸਮਾਂ ਹੈਗੀਆਂ ਉਹਨਾਂ ਦਾ ਝਾੜ ਘਟ ਰਿਹਾ ਹੈ ਉਹਨਾਂ ਤੋਂ ਅਸੀਂ ਜਿਹੜਾ ਹੈਗਾ ਹੌਲੀ-ਹੌਲੀ ਸ਼ਿਫਟ ਹੋਣਾ ਹੈ ਆਪਣੀ 303 187 222 826 327 ਪ੍ਰੰਤੂ ਪਹਿਲਾ ਟ్రਾਇਲ ਕਰਨੇ ਆ ਉਸ ਤੋਂ ਬਾਅਦ ਜਿਹੜੀ ਤੁਹਾਡੀ ਜ਼ਮੀਨ 'ਚ ਕਾਮਯਾਬ ਹੁੰਦੀ ਹੈ ਉਹ ਵੈਰੈਟੀ ਲਾਉਣੀ ਹੈ ਹੁਣ ਇਹ ਵੀ ਨਹੀਂ ਹੈਗਾ ਕਿ ਅਗਲੇ ਸਾਲ ਤੁਸੀਂ ਜਿਹੜਾ ਹੈਗਾ 3386 370 371 372 ਦੀ ਮਾਰਾ ਮਾਰ ਕਰੋ ਉਹ ਵੈਰੈਟੀਆਂ ਵੀ ਭਾਵੇਂ ਠੀਕ ਹੈ ਕਿ ਪਹਿਲਾਂ ਨਾਲ ਚੰਗੇ ਗੁਣ ਲੈ ਕੇ ਆਉਣੀਆਂ ਪਹਿਲਾ ਛੋਟੇ ਏਰੀਏ ਟ్రਾਇਲ ਕਰੋ ਫਿਰ ਜੇ ਤੁਹਾਡੇ ਖੇਤ 'ਚ ਕਾਮਯਾਬ ਹੁੰਦੀ ਹੈ ਹੌਲੀ-ਹੌਲੀ ਹੌਲੀ-ਹੌਲੀ ਉਹਨਾਂ ਨੂੰ ਟਾਈਮ ਦੇਣਾ ਸ਼ੁਰੂ ਕਰੋ ਤਾਂ ਨਵੀਂ ਕਿਸਮਾਉਣ ਦਾ ਮਤਲਬ ਇਹ ਨਹੀਂ ਹੈਗਾ ਕਿ ਪੁਰਾਣੀ ਕਿਸਮ ਫੇਲ ਹੋ ਗਈ ਪੁਰਾਣੀ ਚੰਗੀ ਹੈ ਮੈਂ ਪ੍ਰਾਣੀ ਦੀ ਗੱਲ ਉਹਦੀ ਨਹੀਂ ਕਰਦਾ ਪਿਆ 30 80 ਵਗੈਰਾ ਉਹ ਪ੍ਰਾਣੀਆਂ ਦੀ ਗੱਲ ਨਹੀਂ ਕਰਦਾ ਪਿਆ ਜਿਹੜੀਆਂ ਪਿਛਲੇ 2-3 ਸਾਲ ਦੇ ਵਿੱਚ ਜਿਹੜੀਆਂ ਕਿਸਮਾਂ ਆਈਆਂ ਨੇ ਉਹਨਾਂ ਦੀ ਗੱਲ ਕਰ ਰਹੇ ਹਾਂ ਤਾਂ ਉਹ ਕਿਸਮਾਂ ਵੀ ਕਾਮਯਾਬ ਨੇ ਤਾਂ ਜਿਸ ਹਿਸਾਬ ਦੇ ਤੁਹਾਡੇ ਖੇਤਾਂ 'ਚ ਝਾੜ ਰਹੇ ਆ ਉਸ ਹਿਸਾਬ ਦੇ ਨਾਲ ਏਰੀਆ ਵੰਡ ਕੇ ਦਿਓ ਨਵੀਆਂ ਕਿਸਮਾਂ ਮਗਰ ਜ਼ਿਆਦਾ ਨਾ ਪਜੋ ਕਿਉਂਕਿ ਸਾਡੇ ਨਾਲ ਬਹੁਤੀ ਵਾਰੀ ਠੱਗੀ ਹੀ ਵਜਦੀ ਹੁੰਦੀ ਹੈ ਅਸੀਂ ਮੰਗਦੇ ਕੋਸ਼ਾਂ ਮਿਲਦਾ ਕੁਸ਼ ਹੈ ਤਾ ਹੌਲੀ ਹੌਲੀ ਕਰਕੇ ਟ੍ਰਾਇਲ ਕਰਕੇ ਆਪਣੇ ਆਪ ਸ਼ਿਫਟ ਆਪਾ ਹੋਣਾ ਹੀ ਹੈ ਕਿਸਮਾਂ ਦਾ ਮੀ ਵਰਨਾ ਹੀ ਵਰਨਾ ਤੁਹਾਨੂੰ ਇਹ ਦੱਸ ਦਿੱਤਾ ਕਿ ਕਿਉਂ ਕਿਸਮਾਂ ਹਰ ਸਾਲ ਨਵੀਆਂ-ਨਵੀਆਂ ਆਉਣੀਆਂ ਕਾਰਨ ਤੁਹਾਨੂੰ ਮੈਂ ਦੱਸ ਚੁੱਕਾ ਹਾਂ ਤੇ ਅਸੀਂ ਉਹਨਾਂ ਨੂੰ ਆਪਣੇ ਖੇਤਾਂ 'ਚ ਅਪਣਾਉਣਾ ਵੀ ਹੈ ਇਹ 'ਚ ਕੋਈ ਦੌੜ ਹੈ ਨਹੀਂ ਪਰੰਤੂ ਅਪਣਾਉਣ ਦਾ ਤਰੀਕਾ ਸਾਡਾ ਹੀ ਹੋਏਗਾ ਕਿ ਅਸੀਂ ਸਲੋ 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 ਅੱਗੇ ਵਧੀਏ ਕਿ ਇਸ ਕਿਸਮ ਨੂੰ ਟ੍ਰਾਇਲ ਕਰ ਲਿਆ ਮੇਰਾ ਵੀ ਬਣ ਗਿਆ ਮੈਂ ਇਹਨੂੰ ਵਧਾ ਲਵਾਂ ਕਿਉਂਕਿ ਅਗਲੇ ਸਾਲ ਉੱੜ ਜਾਏਗਾ ਕੁਝ ਹੋਰ ਆ ਜਾਣਾ ਹੈ ਇਹ ਉਨੀ ਦੇਰ ਤੱਕ ਚੱਲੀ ਜਾਣਾ ਜਿੰਨੀ ਦੇਰ ਤੱਕ ਅਸੀਂ ਟੌਪ ਤੇ ਨਹੀਂ ਪਹੁੰਚਦੇ ਤਾਂ ਇਸ ਕਰਕੇ ਧਿਆਨ ਨਾਲ ਸੰਭਲ ਕੇ ਨੁਕਸਾਨ ਨਹੀਂ ਕਰਾਉਣਾ ਤੇ ਜਿਹੜੀਆਂ ਕਿਸਮਾਂ ਨੇ ਵੱਧ ਛਾੜ ਦਿੱਤਾ ਉਹਨਾਂ ਚੋਂ ਹੀ ਕੋਈ ਸਿਲੈਕਟ ਕਰਨੀ ਹੈ